ਗੁਰਦਾਸਪੁਰ ਦੀ ਸੈਂਟਰਲ ਜੇਲ੍ਹ 'ਚ ਦੋ ਕੈਦੀਆਂ ਦੇ ਗੁੱਟ ਆਪਸ ਦੇ ਵਿੱਚ ਝੜਪ ਪਏ ਆ। ਝੜਪ ਇੰਨੀ ਜ਼ਬਰਦਸਤ ਸੀ ਕਿ ਇਹਨਾਂ ਨੇ ਇੱਕ ਦੂਜੇ ਤੇ ਫਾਇਰਿੰਗ ਕੀਤੀ ਆ, ਇੱਕ ਦੂਜੇ ਤੇ ਹਮਲਾ ਕੀਤਾ, ਪੱਥਰਬਾਜ਼ੀ ਕੀਤੀ ਆ, ਕਾਫੀ ਸਮੇਂ ਤੱਕ ਇੱਕ ਦੂਜੇ ਤੇ ਫਾਇਰਿੰਗ ਕੀਤੀ ਆ, ਇੱਥੇ ਤੱਕ ਕਿ ਜੇਲ੍ਹ ਦੇ ਵਿੱਚ ਇਹਨਾਂ ਦੇ ਵੱਲੋਂ ਅੱਗ ਵੀ ਲਗਾ ਦਿੱਤੀ ਜਾਂਦੀ ਆ। ਤੇ ਇਸ ਦੇ ਵਿੱਚ ਜਿਹੜੇ ਪੁਲਿਸ ਮੁਲਾਜ਼ਮ ਜਿਹੜੇ ਪਹੁੰਚਦੇ ਨੇ ਮੌਕੇ ਤੇ, ਮਾਹੌਲ ਇਹਨਾਂ ਤਣਾਅਪੂਰਨ ਬਣ ਗਿਆ ਸੀਗਾ ਕਿ ਜਿਹੜੇ ਪੁਲਿਸ ਮੁਲਾਜ਼ਮ ਪਹੁੰਚਦੇ ਨੇ ਉਹ ਪੰਜ ਪੁਲਿਸ ਮੁਲਾਜ਼ਮ ਜਿਹੜੇ ਆ ਉਹ ਜ਼ਖਮੀ ਵੀ ਹੁੰਦੇ ਨੇ ਤੇ ਪੁਲਿਸ ਦੇ ਵੱਡੇ ਅਫਸਰ ਵੀ ਉੱਥੇ ਪਹੁੰਚਦੇ ਨੇ ਤੇ ਹੋਰ ਜਿਹੜਾ ਮਾਹੌਲ ਜਿਹੜਾ ਉੱਥੇ ਇੰਨਾ ਤਣਾਅਪੂਰਨ ਬਣ ਜਾਂਦਾ, ਡਰ ਦਾ ਮਾਹੌਲ ਬਣ ਜਾਂਦਾ। ਤਸਵੀਰਾਂ ਸਾਹਮਣੇ ਆਈਆਂ ਨੇ, ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਵੇਖ ਸਕਦੇ ਹੋ ਕਿਹੋ ਜਿਹਾ ਮਾਹੌਲ ਜਿਹੜਾ ਗੁਰਦਾਸਪੁਰ ਦੇ ਵਿੱਚ ਬਣ ਜਾਂਦਾ ਹੈ ਜਦੋਂ ਦੋ ਕੈਦੀ ਜਿਹੜੇ ਆਪਸ ਦੇ ਵਿੱਚ ਲੜ ਪੈਂਦੇ, ਦੋ ਕੈਦੀਆਂ ਦੇ ਗੁੱਟ ਆਪਸ ਦੇ ਵਿੱਚ ਲੜ ਪੈਂਦੇ ਨੇ ਤੇ ਕੈਦੀ ਜਿਹੜੇ ਨੇ ਉੱਥੇ ਮਾਹੌਲ ਪੂਰਾ ਤਣਾਅਪੂਰਨ ਜਿਹੜਾ ਬਣਾ ਦਿੰਦੇ ਨੇ। ਪੁਲਿਸ ਮੌਕੇ ਤੇ ਪਹੁੰਚਦੀ ਆ, ਪੁਲਿਸ ਦੇ ਵੱਲੋਂ ਬਚਾਅ ਕੀਤਾ ਜਾ ਰਿਹਾ, ਪਰ ਪੁਲਿਸ ਜਿਹੜੀ ਹੈ ਉਸਦੇ ਮੁਲਾਜ਼ਮ ਜਿਹੜੇ ਜ਼ਖਮੀ ਹੋ ਜਾਂਦੇ ਨੇ। ਹੋਰ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਮੇਰੇ ਸਹਿਯੋਗੀ, ਉਹਨਾਂ ਤੋਂ ਜਾਣ ਲੈਂਦੇ ਕਿ ਕਿੰਨੇ ਪੁਲਿਸ ਮੁਲਾਜ਼ਮ ਜਿਹੜੇ ਆ ਉਹ ਜ਼ਖਮੀ ਹੋਏ ਸਨ। ਜੀ ਅਵਤਾਰ, ਬਿਲਕੁਲ ਮੈਂ ਤੁਹਾਨੂੰ ਦੱਸ ਦੇਵਾਂ ਕਿ ਕੱਲ੍ਹ ਗੁਰਦਾਸਪੁਰ ਦੀ ਕੇਂਦਰੀ ਜੇਲ੍ਹ ਦੇ ਵਿੱਚ 8 ਘੰਟੇ ਤਕਰੀਬਨ ਜਿਹੜਾ ਮਾਹੌਲ ਦਾ ਤਣਾਅਪੂਰਨ ਬਣਿਆ ਰਿਹਾ। ਮੈਂ ਤੁਹਾਨੂੰ ਦੱਸ ਦੇਵਾਂ ਕਿ ਇਹ ਜਿਹੜੇ ਕੈਦੀ ਨੇ ਇਹਨਾਂ ਨੇ ਪੁਲਿਸ ਮੁਲਾਜ਼ਮਾਂ ਦੇ ਉੱਪਰ ਹਮਲਾ ਕੀਤਾ ਵਾ, ਜਦਕਿ ਦੋ ਕੈਦੀ ਜਿਹੜੇ ਗੁੱਟ ਵਾ ਉਹ ਆਪਸ ਚ ਨਹੀਂ ਭਿੜੇ ਹੈਗੇ। ਇਹ ਪੁਲਿਸ ਦਾ ਕਹਿਣਾ ਹੈਗਾ ਵਾ, ਦੱਸਿਆ ਜਾ ਰਿਹਾ ਕਿ ਜਿਹੜੇ ਕੈਦੀ ਹੈਗੇ ਨੇ ਉਹਨਾਂ ਦੀਆਂ ਕੁਛ ਮੰਗਾਂ ਸਨ ਜੋ ਕਿ ਪੁਲਿਸ ਵੱਲੋਂ ਨਹੀਂ ਸੀ ਮੰਨੀਆਂ ਜਾ ਰਹੀਆਂ, ਜੇਲ੍ਹ ਪੁਲਿਸ ਵੱਲੋਂ ਨਹੀਂ ਸੀ ਮੰਨੀਆਂ ਜਾ ਰਹੀਆਂ, ਜਿਸ ਕਰਕੇ ਸਾਰਾ ਵਿਵਾਦ ਆ। ਕਹਿੰਦੇ ਨੇ ਪਹਿਲਾਂ ਵੀ ਜੋ ਜੇਲ੍ਹ ਦੇ ਕੈਦੀ ਹੈਗੇ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਜੇਲ੍ਹ ਦੇ ਵਿੱਚ ਚੰਗੀਆਂ ਸੁਵਿਧਾਵਾਂ ਜਿਹੜੀਆਂ ਨੇ ਦਿੱਤੀਆਂ ਜਾ ਰਹੀਆਂ, ਨਾ ਹੀ ਉਹਨਾਂ ਦੇ ਜਿਹੜੇ ਪੁਲਿਸ ਕਰਮਚਾਰੀ ਹੈ ਜਿਹੜੇ ਛੋਟੇ ਲੈਵਲ ਦੇ ਪੁਲਿਸ ਕਰਮਚਾਰੀ ਹੈ ਉਹਨਾਂ ਦੇ ਨਾਲ ਜਿਹੜਾ ਮਿਸਬਿਹੇਵ ਕਰਦੇ ਨੇ, ਜਿਸ ਕਰਕੇ ਸਾਰਾ ਵਿਵਾਦ ਹੋਇਆ। ਤੇ ਜਦੋਂ ਪੁਲਿਸ ਕਰਮਚਾਰੀ ਜਿਹੜੇ ਜੇਲ੍ਹ ਕਰਮਚਾਰੀ ਹੈਗੇ ਨੇ ਜਦੋਂ ਉਹਨਾਂ ਨਾਲ ਗੱਲਬਾਤ ਕਰਨ ਪਹੁੰਚੇ ਤਾਂ ਅੱਗੋਂ ਕੈਦੀਆਂ ਨੇ ਉਹਨਾਂ ਦੇ ਉੱਪਰ ਹਮਲਾ ਕਰ ਦਿੱਤਾ। ਇਸ ਹਮਲੇ ਦੇ ਦੌਰਾਨ ਦੱਸਿਆ ਜਾ ਰਿਹਾ ਕਿ ਇੱਕ SHO ਸਮੇਤ 5 ਜਿਹੜੇ ਪੁਲਿਸ ਕਰਮਚਾਰੀ ਨੇ ਜੇਲ ਕਰਮਚਾਰੀ ਨੇ ਉਹ ਜ਼ਖਮੀ ਹੋਏ ਹਨ, ਜਿਹਦੇ ਵਿੱਚ 4 ਕੈਦੀ ਜਿਹੜੇ ਨੇ ਜ਼ਖਮੀ ਹੋਏ ਨੇ। ਤਕਰੀਬ 8 ਘੰਟੇ ਸਾਰਾ ਇਹ ਮਾਮਲਾ ਚੱਲਦਾ ਰਿਹਾ। 8 ਘੰਟੇ ਦੇ ਵਿੱਚ ਸਥਿਤੀ ਜਿਹੜੀ ਕਾਫੀ ਤਣਾਅਪੂਰਨ ਬਣੀ ਰਹੀ। ਜਿਹੜੇ ਕੈਦੀ ਸਨ ਉਹ ਜੇਲ੍ਹ ਦੀਆਂ ਛੱਤਾਂ ਦੇ ਉੱਪਰ ਚੜ੍ਹ ਕੇ ਉਹਨਾਂ ਨੇ ਉੱਪਰ ਅੱਗ ਲਗਾ ਦਿੱਤੀ ਤੇ ਕਾਫੀ ਜਿਹੜਾ ਪਥਰਾਵਾ ਪੁਲਿਸ ਦੇ ਉੱਪਰ ਕੀਤਾ ਗਿਆ। ਫਿਲਹਾਲ 8 ਘੰਟੇ ਤੋਂ ਬਾਅਦ ਜਿਹੜੇ ਪੁਲਿਸ ਦੇ ਆਲਾ ਅਧਿਕਾਰੀ ਨੇ, ਇਹ DGP ਜੇਲ੍ਹ ਦੀ ਗੱਲ ਕੀਤੀ ਜਾਵੇ, ਇਹ DGP ਲੈਣਾ ਲੋਟ ਦੀ ਗੱਲ ਕੀਤੀ ਜਾਵੇ, ਸਾਰੇ ਇੱਥੇ ਮੌਕੇ ਤੇ ਪਹੁੰਚ ਕੇ ਕੈਦੀਆਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਕੈਦੀ ਦੀਆਂ ਜੋ ਵੀ ਮੰਗਾਂ ਨੇ, ਜਿਸ ਤਰ੍ਹਾਂ ਉਹ ਕਹਿ ਰਹੇ ਕਿ ਸਿਹਤ ਸਹੂਲਤਾਂ ਜਿਹੜੀਆਂ ਨੇ ਦਿੱਤੀਆਂ ਜਾ ਰਹੀਆਂ, ਖਾਣ ਪੀਣ ਸਹੀ ਨਹੀਂ ਦਿੱਤਾ ਜਾ ਰਿਹਾ, ਉਹਨਾਂ ਦੇ ਨਾਲ ਮਿਸਬਿਹੇਵ ਕੀਤਾ ਜਾ ਰਿਹਾ, ਇਸ ਦੇ ਉੱਪਰ ਸਾਰੀ ਕਮੇਟੀ ਬਣਾ ਦਿੱਤੀ ਗਈ ਹੈ। ਇਹ ਕਮੇਟੀ ਜਿਹੜੀ ਹੈ 3 ਦਿਨਾਂ ਦੇ ਅੰਦਰ ਜਾਂਚ ਕਰਕੇ ਜਿਹੜੀ ਰਿਪੋਰਟ ਵਾ ਉਹ ਭੇਜੇਗੀ। ਜੀ ਜੀ ਅਵਤਾਰ, ਇੱਕ ਵਾਰ ਫਿਰ ਇਹ ਕਲੀਅਰ ਕਰ ਦੋ ਕਿ ਇਹ ਤੁਸੀਂ ਕਿਹਾ ਕਿ ਪੁਲਿਸ ਦਾ ਕਹਿਣਾ ਹੈ ਕਿ ਦੋ ਗੁੱਟ ਜਿਹੜੇ ਆ ਕੈਦੀਆਂ ਦੀ ਆਪਸ ਦੇ ਵਿੱਚ ਨਹੀਂ ਭਿੜੇ ਸੀਗੇ। ਬਿਲਕੁਲ ਦੱਸ ਦਵਾਂ ਕਿ ਜਿਹੜੇ ਕੈਦੀ, ਜਿਸ ਤਰ੍ਹਾਂ ਪਹਿਲਾਂ ਖ਼ਬਰ ਮੇਰੇ ਤੋਂ ਸਾਹਮਣੇ ਆ ਰਹੀ ਸੀ ਕਿ 2 ਗੁੱਟ ਜਿਹੜੇ ਨੇ ਕੈਦੀਆਂ ਦੇ ਉਹ ਭਿੜੇ ਹੈਗੇ ਨੇ, ਲੇਕਿਨ ਉਸ ਤੋਂ ਬਾਅਦ DGP ਜੇਲ੍ਹ ਨੇ ਸਾਰਾ ਮਾਮਲਾ ਜਿਹੜਾ ਵਾ ਉਹ ਕਲੀਅਰ ਕੀਤਾ ਹੈਗਾ ਕਿ ਜਿਹੜੇ ਕੈਦੀ ਸਨ ਇੱਕ ਬੈਰਕ ਦੇ ਕੈਦੀ ਸਨ ਜੋ ਕਿ ਕਹਿ ਰਹੇ ਸਨ ਕਿ ਜਿਹੜੇ ਛੋਟੇ ਲੈਵਲ ਦੇ ਜਿਹੜੇ ਜੇਲ੍ਹ ਦੇ ਜੇਲ੍ਹ ਪੁਲਿਸ ਦੇ ਅਧਿਕਾਰੀ ਹੈਗੇ ਨੇ ਉਹਨਾਂ ਦਾ ਜਿਹੜਾ ਮਿਸਬਿਹੇਵ ਜਿਹੜਾ ਉਹਨਾਂ ਨਾਲ ਕੀਤਾ ਜਾਂਦਾ ਸੀਗਾ, ਉਹਨਾਂ ਨੂੰ ਚੰਗੀ ਜਿਹੜੀ ਸਿਹਤ ਸਹੂਲਤਾਂ ਜਿਹੜੀਆਂ ਨੇ, ਚਾਹੇ ਖਾਣ ਪੀਣ ਦੀ ਗੱਲ ਕੀਤੀ ਜਾਵੇ ਚਾਹੇ ਦਵਾਈਆਂ ਦੀ ਗੱਲ ਕੀਤੀ ਜਾਵੇ, ਉਹ ਜਿਹੜੀਆਂ ਸੀ ਜੇਲ੍ਹ ਵਿੱਚ ਨਹੀਂ ਸੀ ਦਿੱਤੀਆਂ ਜਾ ਰਹੀਆਂ, ਜਿਸ ਕਰਕੇ ਜਿਹੜੇ ਛੋਟੇ ਲੈਵਲ ਦੇ ਜਿਹੜੇ ਕਰਮਚਾਰੀ ਨੇ ਭੋਲੇ ਜੇਲ੍ਹ ਕਰਮਚਾਰੀ ਨੇ ਉਹਨਾਂ ਦੇ ਨਾਲ ਸਾਰਾ ਵਿਵਾਦ ਹੋਇਆ। ਜੀ ਜੀ ਬਿਲਕੁਲ ਅਵਤਾਰ, ਹੋਰ ਜਾਣਕਾਰੀ ਲਈ ਜੁੜੇ ਰਹਾਂਗੇ ਤੁਹਾਡੇ ਨਾਲ। ਇਸੀ ਮੇਰੇ ਸਹਿਯੋਗੀ ਅਵਤਾਰ, ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਦੋ ਕੈਦੀਆਂ ਦੇ ਜਿਹੜੇ ਗੁੱਟ ਸੀ ਆਪਸ ਦੇ ਵਿੱਚ ਭਿੜੇ ਨੇ ਤੇ ਗੁਰਦਾਸਪੁਰ ਦੇ ਸੈਂਟਰਲ ਜੇਲ੍ਹ ਦੇ ਵਿੱਚ ਇਹਨਾਂ ਕੈਦੀਆਂ ਦੇ ਵੱਲੋਂ ਇੱਕ ਦੂਜੇ ਤੇ ਫਾਇਰਿੰਗ ਕੀਤੀ ਗਈ, ਇੱਕ ਦੂਜੇ ਤੇ ਹਮਲਾ ਕੀਤਾ ਗਿਆ, ਪੱਥਰਬਾਜ਼ੀ ਕੀਤੀ ਗਈ ਆ। 8 ਘੰਟੇ ਤੱਕ ਇਹਨਾਂ ਦੇ ਵੱਲੋਂ ਮਾਹੌਲ ਜਿਹੜਾ ਤਣਾਅਪੂਰਨ ਬਣਾਈ ਰੱਖਿਆ ਵਾ। ਪੁਲਿਸ ਮੁਲਾਜ਼ਮ ਜਿਹੜੇ ਪਹੁੰਚਦੇ ਸੀਗੇ, SHO ਸਮੇਤ 5 ਜਿਹੜੇ ਪੁਲਿਸ ਮੁਲਾਜ਼ਮ ਨੇ ਉਹ ਵੀ ਇਸ ਮਾਹੌਲ ਦੇ ਵਿੱਚ ਜ਼ਖਮੀ ਹੋਏ ਨੇ।
ਸੀਗੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਦੱਸਦੇ ਕਿ ਗੁਰਦਾਸਪੁਰ ਦੀ ਸੈਂਟਰਲ ਜੇਲ੍ਹ ਦੇ ਵਿੱਚ ਕੈਦੀਆਂ ਦੇ ਦੋ ਗੁੱਟ ਆਪਸ ਦੇ ਵਿੱਚ ਝੜਪ ਪਏ, ਜਿਨ੍ਹਾਂ ਨੇ ਇੱਕ ਦੂਜੇ ਤੇ ਫਾਇਰਿੰਗ ਕੀਤੀ, ਇੱਕ ਦੂਜੇ ਤੇ ਹਮਲਾ ਕੀਤਾ, ਜਿਸ ਤੋਂ ਬਾਅਦ ਮਾਹੌਲ ਜਿਹੜਾ ਇਹਨਾਂ ਦੇ ਵੱਲੋਂ ਪੂਰਾ ਤਣਾਅਪੂਰਨ ਬਣਾ ਦਿੱਤਾ ਗਿਆ। ਪੁਲਿਸ ਮੁਲਾਜ਼ਮ ਜਿਹੜੇ ਆ CRPF ਦੇ ਜਵਾਨ ਵੀ ਉੱਥੇ ਬੁਲਾਏ ਗਏ, ਤਣਾਅਪੂਰਨ ਇੰਨਾ ਮਾਹੌਲ ਕਰ ਦਿੱਤਾ ਗਿਆ ਸੀਗਾ। CRPF ਦੇ ਜਵਾਨ ਵੀ ਉੱਥੇ ਬੁਲਾਉਣੇ ਪਏ ਆ, ਵੱਡੇ ਅਫਸਰ ਵੀ ਉੱਥੇ ਮੌਕੇ ਤੇ ਬੁਲਾਉਣੇ ਪੈ ਗਏ ਆ, ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਪੁਲਿਸ ਦੀਆਂ ਗੱਡੀਆਂ ਪਹੁੰਚੀਆਂ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪਹੁੰਚੀਆਂ ਨੇ, ਐਂਬੂਲੈਂਸ ਵੀ ਪਹੁੰਚੀ ਆ। ਮਾਹੌਲ ਇੰਨਾ ਤਣਾਅਪੂਰਨ ਬਣ ਗਿਆ ਸੀਗਾ ਕਿ CRPF ਦੇ ਜਵਾਨ ਵੀ ਜਿਹੜੇ ਉੱਥੇ ਬੁਲਾਉਣੇ ਪੈ ਗਏ ਨੇ। ਮਾਹੌਲ ਦੀਆਂ ਤਸਵੀਰਾਂ ਜਿਹੜੀਆਂ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਦੀਆਂ ਸੀ ਕਿ ਕੈਦੀਆਂ ਦੇ ਵੱਲੋਂ ਜੇਲ੍ਹ ਦੇ ਅੰਦਰ ਅੱਗ ਵੀ ਲਗਾ ਦਿੱਤੀ ਗਈ ਹੈ। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।